ਐਤਵਾਰ ਨੂੰ ਜਦੋਂ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਸਨ ਤਾਂ ਤੜਕੇ ਸਵੇਰੇ ਕਰੀਬ 9 ਵਜੇ ਸਰਲੀ ਪਿੰਡ ਵਿੱਚ ਬੰਟੀ ਨਾਮਕ ਨੌਜਵਾਨ ਦੀ ਦਾਤਰ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੰਟੀ ਜਦੋਂ ਵੋਟ ਪਾ ਕੇ ਆਪਣੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਝਗੜਾ ਇੰਨਾ ਵੱਧ ਗਿਆ ਕਿ ਉਕਤ ਨੌਜਵਾਨਾਂ ਨੇ ਉਸ ਨੂੰ ਦਾਤਰ ਨਾਲ ਹਮਲਾ ਕਰਕੇ ਉਸਦੀ ਗਰਦਨ 'ਤੇ ਵਾਰ ਕੀਤਾ, ਜਿਸ ਕਾਰਨ ਉਹ ਮੌਕੇ 'ਤੇ ਹੀ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦਾ 2 ਸਾਲ ਦਾ ਇੱਕ ਬੱਚਾ ਵੀ ਹੈ। ਉਹ ਦਿਹਾੜੀ ਕਰਕੇ ਆਪਣਾ ਟੱਬਰ ਪਾਲਦਾ ਸੀ। ਮੌਕੇ 'ਤੇ ਪਹੁੰਚੇ DSP ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੰਡਿਆਲਾ ਗੁਰੂ ਤੋਂ ਪਿੰਕੂ ਆਨੰਦ ਦੀ ਰਿਪੋਰਟ। ਹਾਂਜੀ ਸਰ, ਕੀ ਵਾਰਦਾਤ ਹੋਈ ਅੱਜ? ਹਾਂਜੀ ਹਾਂਜੀ, ਇਹ ਸਰਲੀ ਕਲਾਂ ਪਿੰਡ ਆ ਜੀ, ਵੈਰੋਵਾਲ ਥਾਣੇ ਦਾ, ਅਤੇ ਇੱਥੇ ਬਿਲਕੁਲ ਸ਼ਾਂਤੀਪੂਰਵਕ ਵੋਟਾਂ ਪੈਣ ਡੀਆਂ ਸੀ ਅਤੇ ਕਰੀਬ 8:30-9 ਵਜੇ ਇੱਕ ਬੰਟੀ ਸਨ ਆਫ ਚਰਨਜੀਤ ਸਿੰਘ ਮਜ਼ਬੀ ਸਿੰਘ ਸੀਗਾ, ਉਹ ਆਪਣੀ ਵੋਟ ਪਾ ਕੇ ਅਤੇ ਰਸਤੇ 'ਚ ਜਾ ਰਿਹਾ ਸੀ। ਰਸਤੇ 'ਚ ਇੱਕ ਗੋਰਾ ਮੁੰਡਾ ਅਤੇ ਉਹਦਾ ਭਰਾ ਮਿਲੇ ਆ, ਅਤੇ ਉਹਨਾਂ ਨੇ ਮਤਲਬ ਆਪਸ ਵਿੱਚ ਨਿੱਘੀ ਗੱਲ ਤੋਂ ਨੋਕ ਝੋਕ ਹੋਈ ਆ ਅਤੇ ਉਹਨੇ ਹੱਥੋਂ ਪਾਈ ਹੋਣ ਲੱਗੇ ਆ, ਫਿਰ ਉਹ ਛੁੱਟ ਕੇ ਚਲੇ ਗਏ ਘਰ ਜਾ ਕੇ। ਉਹਨੇ ਗੋਰੇ ਅਤੇ ਸੁੱਖੇ ਨੇ ਅਤੇ ਨਾਲ ਪਤਾ ਨਹੀਂ ਉਹਦੇ ਉਹਦਾ ਭਰਾ ਵੀ ਸੀਗਾ 100 ਨੂੰ, ਉਹਨਾਂ ਨੇ ਦਾਤਰ ਅਤੇ ਕਿਰਪਾਨ ਲੈਂਦੀ ਆ। ਇਹ ਜਦੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਅਤੇ ਜਿਹੜਾ ਮਜ਼ਬੀ ਸਿੰਘਾਂ ਦਾ ਗੁਰਦੁਆਰਾ ਉਹਦੇ ਬਿਲਕੁਲ ਸਾਹਮਣੇ ਗਿਆ ਵਾ, ਅਤੇ ਉਹਨਾਂ ਨੇ ਇਹਦੇ ਉੱਤੇ ਜਿਹੜਾ ਵਾ ਨਾ ਵਾਰ ਕਰ ਦਿੱਤਾ ਵਾ, ਜਿਹੜਾ ਇਹਦੀ ਧੌਣ ਦੇ ਉੱਤੇ ਇੱਕ ਦਾਤਰ ਵੱਜਾ ਵਾ ਜਿਹੜਾ ਕਾਫੀ ਡੀਪ, ਇਹਦੀ ਧੌਣ ਜਿਹੜੀ ਕੱਟੀ ਗਈ ਆ, ਅਤੇ ਫਿਰ ਇਹਨੂੰ ਉੱਥੋਂ ਜਿਹੜਾ ਵਾ ਇਹਦੇ ਘਰਦਿਆਂ ਨੇ ਜਿਹੜਾ ਵਾ ਉੱਥੇ CSC ਜਿਹੜਾ ਮੀਆਂ ਪਿੰਡ ਖੜਿਆ ਵਾ, ਡਾਕਟਰ ਸਾਹਿਬ ਨੇ ਇਹਨੂੰ ਜਿਹੜਾ ਮ੍ਰਿਤਕ ਘੋਸ਼ਿਤ ਦੇ ਦਿੱਤਾ, ਅਤੇ ਜਿਹੜਾ SHO ਵੈਰੋਵਾਲ ਨੇ ਉਹ ਇਹਦੇ ਬਾਪ ਦੇ ਬਿਆਨ ਦੇ ਉੱਤੇ 302-34 IPC ਦੇ ਵਿੱਚ ਇਹਨਾਂ ਸਾਰਿਆਂ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕਰ ਰਹੇ ਆ, ਅਤੇ ਇਹਨਾਂ ਦੇ ਘਰ ਅਸੀਂ ਰੇਡ ਵੀ ਕੀਤਾ ਵਾ, ਜਿਹੜੇ ਘਰ ਆਪਣੇ ਦੋਸ਼ੀ ਆ ਜਿੰਦਰੇ ਮਾਰ ਕੇ ਗਾਇਬ ਹੋ ਗਏ। ਕੋਈ ਗੱਲ ਨਹੀਂ, ਇਹਨਾਂ ਨੂੰ ਜਲਦੀ ਤੋਂ ਜਲਦੀ ਆਪਾਂ ਟਰੇ ਲੱਭ ਕੇ ਅਤੇ ਇਹਨਾਂ ਦੀ ਅਰੈਸਟ ਪਾਈ ਜਾਏਗੀ ਅਤੇ ਤਫਤੀਸ਼ ਮੁਕੰਮਲ ਕੀਤੀ ਜਾਏਗੀ। ਕੋਈ ਲੜਾਂ ਨਹੀਂ ਕੰਡਾ, ਤਿੰਨੇ ਮੇਰੇ ਪੁੱਤ ਕਮਾਉਂਦੇ ਆ ਕੰਪਨੀਆਂ 'ਚ, ਬਾਕੀ 2 ਜਣੇ ਕੰਪਨੀਆਂ 'ਚ ਆ। ਸਾਡਾ ਤਾਂ ਕਿਸੇ ਦੇ ਨਾਲ ਕੋਈ ਵੈਰ ਨਹੀਂ, ਕੋਈ ਟਾਂਟਾ ਨਹੀਂ, ਤਿੰਨੇ ਚਾਰੇ ਨਵਾਂ ਘਰ ਨਹੀਂ ਆਏ ਹੈ, ਅਤੇ ਪੁੱਤ ਮੇਰਾ ਕਮਾਉਂਦੇ ਸੀ, ਘਰ ਵਾਲਾ ਹੀ ਕੰਪਨੀ ਜੋ ਵੀ ਆਇਆ, ਡੈਡੀ ਅੱਜ ਤੂੰ ਨਾ ਜਾ, ਅਸੀਂ ਕਮਾਈ ਦਿੰਦੇ, ਤੂੰ ਬਥੇਰਾ ਕੋਈ ਥਾਂ 'ਤੇ ਤਾਜ਼ਾ ਕਹਿੰਦਾ, ਮੁੱਲ ਬਣਾ ਤਾ ਸਭ ਕੁਛ, ਤੂੰ ਘਰੇ ਰਹੋ, ਆਉਂਦਾ ਟਾਈਮ ਆ ਵੋਟੀ ਨੂੰ, ਅਤੇ ਆਉਂਦਾ ਤੂੰ ਇੱਦਾਂ ਕਹਿ ਵੀ ਡੈਡੀ ਤੂੰ ਘਰ। ਮੇਰਾ ਪੁੱਤ ਮੈਨੂੰ ਚੁੱਕ ਲੈਂਦਾ, ਹਾਲੇ ਕਾਨੂੰ ਨਵੇਂ ਤੇ ਕਹਿੰਦੀ ਆ ਭਾਗੇ ਸੌ ਰੁਪਇਆ ਮਾਨ ਸਲਾਹਕਾਰ ਹੁਣ ਜੋ ਕਰਦੇ ਆ ਤੁਹਾਡਾ ਬੁੱਲ ਪਾਉਣੇ ਆ, ਕੋਈ ਗੱਲ ਨਹੀਂ ਹੌਸਲਾ ਕਰ। ਮੈਨੂੰ ਨਹੀਂ ਪਤਾ ਭਾਜੀ ਦਿਆ ਲਾਇਆ ਗੱਲ ਕਹਿੰਦਾ ਸੀ ਮੈਨੂੰ, ਆਂਦਾ ਅੱਜ ਕਿਨੂੰ ਵੋਟ ਪਾਈ ਆ, ਮੈਂ ਆਖਿਆ ਭਾਜੀ ਮੈਂ
ਮੁੰਡਿਆ ਇੱਥੇ ਆ ਕੇ ਆਏ ਵੇ ਜਸਨ ਬੜੀ ਵੇ।